ਅਕਾਲ ਜੀ। ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਝਾੜ ਸਾਹਿਬ, ਜੋ ਕਿ ਇੱਕ ਇਤਿਹਾਸਿਕ ਨਗਰੀ ਹੈ। ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਰਨ ਛੋਹ ਧਰਤੀ 'ਤੇ ਇੱਥੇ ਅਸੀਂ ਆਏ ਤਾਂ ਦੇਖਿਆ ਸਾਡੇ ਦੇ ਨਾਲ ਕੁਝ ਪਿੰਡ ਦੇ ਲੋਕ ਬਹੁਤ ਮਿਲੇ। ਉਹਨਾਂ ਨੇ ਦੱਸਿਆ ਕਿ ਇੱਥੇ ਜਾਂਦੇ ਜਿਹੜੇ ਇਹ ਗੁਰੂ ਗੋਬਿੰਦ ਸਿੰਘ ਮਾਰਗ ਆ, ਇਹਦੀ ਸੜਕ ਆ ਜਿਹੜੀ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਹੈ। ਅਸੀਂ ਦੇਖਿਆ ਕਿ ਇੱਥੇ ਸਾਰੇ ਵੱਡੇ ਵੱਡੇ ਟੋਏ ਹੋ ਚੁੱਕੇ ਨੇ ਅਤੇ ਕਾਫੀ ਸੜਕ ਦਾ ਬੁਰਾ ਹਾਲ ਹੈ। ਇਹਨਾਂ ਦਾ ਕੁਝ ਕਹਿਣਾ ਹੈ, ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪਿੰਡ ਵਾਸੀਆਂ ਦੇ ਨਾਲ। ਹਾਂਜੀ, ਕੀ ਕਹਿਣਾ ਚਾਹੋਗੇ ਜੀ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਇਹ ਰੋਡ ਜੀ ਸਾਡਾ ਬਹੁਤ ਦੇਰ ਤੋਂ ਟੁੱਟਿਆ ਪਿਆ ਜੀ, ਬਹੁਤ ਵੱਡੇ ਵੱਡੇ ਖੱਡੇ ਨੇ ਇਹਦੇ 'ਤੇ, ਅਤੇ ਜਦੋਂ ਅਸੀਂ ਸਮਰਾਲੇ ਜਾਣਾ ਤਾਂ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਨਹੀਂ ਤਾਂ ਸਾਨੂੰ ਨਹਿਰ ਦੇ ਰੋਡ ਤੋਂ ਗੜੀ ਦੇ ਪੁਲ 'ਤੇ ਹੋ ਕੇ 6 ਕਿਲੋਮੀਟਰ ਐਕਸਟਰਾ ਜਾਣਾ ਪੈਂਦਾ। ਅਤੇ ਸਾਡੀ ਤਾਂ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਰੋਡ ਨੂੰ ਜਲਦ ਤੋਂ ਜਲਦੀ ਬਣਾਇਆ ਜਾਵੇ। ਜੇ ਕੋਈ ਮਰੀਜ਼ ਨੂੰ ਲੈ ਕੇ ਜਾਣਾ, ਉਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ ਸਾਨੂੰ ਜਾਣ ਵਿੱਚ। ਇਹੀ ਬੇਨਤੀ ਹੈ ਸਰਕਾਰ ਅੱਗੇ ਕਿ ਇਹਨੂੰ ਸਹੀ ਢੰਗ ਨਾਲ ਅਤੇ ਵਧੀਆ ਬਣਾਇਆ। ਸਾਡੇ ਨਾਲ ਹੋਰ ਵੀ ਪਿੰਡ ਦੇ ਕੁਝ ਲੋਕ ਮੌਜੂਦ ਨੇ, ਉਹਨਾਂ ਨੂੰ ਪੁੱਛਣਾ ਕੀ ਕਹਿਣਾ ਚਾਹੋਗੇ ਜੀ ਤੁਸੀਂ? ਰੋਡ ਬਾਰੇ ਅਸੀਂ ਦੱਸਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ। ਬਹੁਤ ਪੁਰਾਣੇ ਟਾਈਮ ਪਹਿਲਾਂ ਦਾ ਬਣਿਆ ਹੋਇਆ, 9-10 ਦਾ ਇਹ ਬਣਿਆ ਸੀ, ਉਸ ਤੋਂ ਬਾਅਦ ਇਹਦੀ ਰਿਪੇਅਰ ਵੀ ਨਹੀਂ ਹੋਈ, ਕੋਈ ਮੁਰੰਮਤ ਵੀ ਨਹੀਂ ਹੋਈ। ਅਤੇ ਸਾਨੂੰ ਜਾਣ ਨੂੰ ਬਹੁਤ ਵੱਡੇ ਭਾਰੇ ਵਹੀਕਲ, ਜਿਵੇਂ ਫਸਲ ਲੈ ਕੇ ਜਾਣੀ ਆ, ਕੋਈ ਸਮਰਾਲੇ ਸਾਡੀ ਮੰਡੀ ਪੈਂਦਾ ਬਹੁਤ ਜ਼ਿਆਦਾ ਜੀ, ਸਾਰਾ ਮੇਨ ਸਾਨੂੰ ਸ਼ਹਿਰ ਸਮਰਾਲਾ ਹੀ ਪੈਂਦਾ ਜੀ। ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਇਸ ਰੋਡ ਤੋਂ ਜਾਣ ਨੂੰ ਬਹੁਤ ਵੱਡੇ ਟੋਏ ਨੇ, ਇਹ 'ਚ ਸਾਨੂੰ ਘੁੰਮ ਕੇ ਕਾਫੀ ਇੱਧਰ ਚੀਜ਼ ਜਾਣਾ ਪੈਂਦਾ, ਜਾਂ ਅਸੀਂ ਜਟਾਣਿਆਂ ਵੱਲ 'ਚ ਜਾਂਦੇ ਹਾਂ ਜਾਂ ਗੜੀ ਦੇ ਪੁਲ ਵੱਲ ਜਾਂਦੇ, 7-8 ਕਿਲੋਮੀਟਰ ਸਫ਼ਰ ਵੀ ਵੱਧ ਪੈ ਜਾਂਦਾ ਜੀ। ਹੋਰ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਜੀ। ਇਸ ਕਰਕੇ ਇਹਨੂੰ ਛੇਤੀ ਛੇਤੀ ਪ੍ਰਸ਼ਾਸਨ ਨੂੰ, ਸਰਕਾਰ ਨੂੰ ਕਹਿੰਦੇ ਵੀ ਇਹਨੂੰ ਸੜਕ ਨੂੰ ਜਲਦੀ ਤੋਂ ਜਲਦੀ ਬਣਵਾਇਆ ਜਾਵੇ ਜੀ। ਸਾਡੇ ਨਾਲ ਝਾੜ ਸਾਹਿਬ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ, ਅਸੀਂ ਪਹੁੰਚੇ ਸੀ ਇਹਨਾਂ ਕੋਲ, ਇਹਨਾਂ ਨੂੰ ਪੁੱਛਣਾ ਚਾਹਾਂਗੇ ਕੀ ਕਹਿਣਾ ਇਹਨਾਂ ਦਾ ਸੜਕ ਦੇ ਬਾਰੇ। ਹਾਂਜੀ ਸਰਪੰਚ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਅੱਛਾ ਜੀ, ਸਾਡਾ ਸੜਕ ਬਾਰੇ ਇਹੀ ਕਹਿਣਾ ਜੀ, ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਅਸੀਂ ਤਾਂ ਵੀ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਸਮਰਾਲਾ ਸ਼ਹਿਰ ਜਾਣ ਦੀ, ਕਿਉਂਕਿ ਸਾਡਾ ਮੇਨ ਕੰਮ ਹੀ ਸਮਰਾਲੇ ਸ਼ਹਿਰ ਨਾਲ ਹੈਗਾ, ਕਿਉਂਕਿ ਸਾਡੀ ਤਹਿਸੀਲ ਵੀ ਆ ਉਹ, ਅਤੇ ਮੰਡੀਕਰਨ ਵਗੈਰਾ ਵੀ, ਜਿਹੜਾ ਮੰਡੀ 'ਤੇ ਜ਼ਿਮੀਂਦਾਰ ਆਪਣੀ ਫਸਲ ਲੈ ਕੇ ਜਾਂਦੇ ਨੇ ਉਹ ਵੀ ਉੱਥੇ ਹੀ ਜਾਂਦੇ ਨੇ, ਅਤੇ ਕਾਫੀ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ ਜੀ। ਅਤੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ, ਕਿਉਂਕਿ ਸਾਨੂੰ ਇੱਥੇ ਜਾਣ ਲਈ ਗੜੀ ਦੇ ਪੁਲ ਤੋਂ ਜਾਂ ਜਟਾਣਿਆਂ ਵਿੱਚੋਂ ਜਾਣਾ ਪੈਂਦਾ, ਜਿਹੜਾ ਕਿ ਸਾਨੂੰ 6-7 ਕਿਲੋਮੀਟਰ ਜ਼ਿਆਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਜੀ। ਹਾਂਜੀ, ਇਹੀ ਸਾਡੀ ਬੇਨਤੀ ਹੈ ਜੀ ਪ੍ਰਸ਼ਾਸਨ ਅੱਗੇ ਵੀ ਇਹਨੂੰ ਜਲਦ ਤੋਂ ਜਲਦ ਹੀ ਬਣਾਇਆ ਜਾਵੇ। ਠੀਕ ਹੈ ਜੀ, ਕੀ ਕਹਿਣਾ ਜੀ ਤੁਹਾਡਾ ਸਾਡੇ ਚੈਨਲ ਬਾਰੇ, ਅੰਬੇਦਕਰ ਮਿਸ਼ਨ ਨਿਊਜ਼? ਹਾਂਜੀ, ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਜੀ, ਵੀ ਜਿਹੜੀ ਸਾਡੀ ਪਿੰਡਾਂ ਦੀ ਆਵਾਜ਼ ਤੁਸੀਂ ਆਮ ਮੀਡੀਆ ਦੇ ਥਰੂ ਜਿਹੜੀ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹੋ, ਕਿਉਂਕਿ ਇੱਕ ਬਹੁਤ ਵਧੀਆ ਮੀਡੀਆ ਦਾ ਉਪਰਾਲਾ ਇਹ, ਕਿਉਂਕਿ ਪਹਿਲਾਂ ਕੋਈ ਇਹ ਸਾਧਨ ਨਹੀਂ ਸੀ ਹੁੰਦੇ ਵੀ ਆਮ ਬੰਦੇ ਦੀ ਜਾਂ ਆਮ ਇੱਕ ਪਿੰਡ ਦੀ ਆਵਾਜ਼ ਸਰਕਾਰ ਤੱਕ ਜਾਣੀ। ਇਹ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਰਪੰਚ ਨਰਿੰਦਰ ਪਾਲ ਜੀ ਝਾੜ ਸਾਹਿਬ ਤੋਂ। ਇਹਨਾਂ ਦਾ ਕਹਿਣਾ ਕਿ ਰੋਡ ਕਾਫੀ ਸਮੇਂ ਤੋਂ ਆ, ਪਿੰਡ ਵਾਸੀਆਂ ਦਾ ਵੀ ਇਹੀ ਆ, ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਰੋਡ ਜਲਦ ਤੋਂ ਜਲਦ ਬਣਾਇਆ ਜਾਵੇ। ਤੁਹਾਡਾ ਸਾਰਾ ਦਰਸ਼ਕਾਂ ਦਾ, ਨਿਊਜ਼ ਚੈਨਲ ਦੇਖਦਿਆਂ ਦਾ ਧੰਨਵਾਦ ਜੀ।